ਜਿਸ ਤਰ੍ਹਾਂ ਕਿ ਏ ਰੇਟਿੰਗ ਹੁੰਦੀ ਹੈ ਅਤੇ ਗੱਡੀਆਂ ਦੇ ਵਿੱਚ ਡਿਸਕਾਊਂਟ ਆ ਜਾਂਦੇ, ਅਤੇ ਅੱਜ ਆਪਾਂ ਗੱਲ ਕਰਾਂਗੇ ਸਵਾਨੀ ਮੋਟਰ 'ਤੇ ਅੰਮ੍ਰਿਤਸਰ ਕੋਟ ਰੋਡ 'ਤੇ, ਜਿੱਥੇ ਕਿ ਮਰੂਤੀ ਬ੍ਰਾਂਡ ਦੇ ਉੱਤੇ ਜੋ ਕਿ ਇੰਡੀਆ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਫੋਰ ਵੀਲਰ ਦੇ ਵਿੱਚ ਬ੍ਰਾਂਡ ਹੈ, ਮਰੂਤੀ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਸਕਾਊਂਟ ਔਫਰ ਕੀਤੇ ਗਏ ਹਨ, ਅਤੇ ਇਹ ਜਿਹੜੀ ਸੇਵਿੰਗ ਹੈ, ਬੈਨੀਫਿਟਸ ਹੈਗੇ ਆ, ਇਹ ਲੱਖਾਂ ਦੇ ਵਿੱਚ ਜਿਹੜੇ ਬੈਨੀਫਿਟ ਦਿੱਤੇ ਜਾ ਰਹੇ ਆ, ਸਿਰਫ 2 ਜਾਂ 3 ਦਿਨ ਰਹਿ ਗਏ ਹਨ ਨਵੇਂ ਸਾਲ ਦੇ ਆਉਣ ਤੋਂ ਪਹਿਲਾਂ ਤੁਸੀਂ ਇਹ ਬੈਨੀਫਿਟ ਅਵੇਲ ਕਰ ਸਕਦੇ ਹੋ, ਅਤੇ ਆਪਣੀ ਗੱਡੀ ਮਨਪਸੰਦ ਗੱਡੀ ਦੇ ਉੱਤੇ ਤੁਸੀਂ ਲੱਖਾਂ ਦਾ ਡਿਸਕਾਊਂਟ ਪਾ ਸਕਦੇ ਹੋ। ਅਤੇ ਡਿਸਕਾਊਂਟ ਕਿਸ ਤਰ੍ਹਾਂ ਹੋਏਗਾ, ਕਿਸ ਤਰ੍ਹਾਂ ਦੇ ਬੈਨੀਫਿਟ ਹੋਣਗੇ, ਉਹਦੇ ਨਾਲ ਲਈ ਸਾਡਾ ਕੰਪਨੀ ਦੇ ਰਿਪ੍ਰੈਜੈਂਟੇਟਿਵ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਅਤੇ ਸਰ, ਜਿਹੜੇ ਨਿਊ ਈਅਰ ਆਉਣ ਤੋਂ ਪਹਿਲਾਂ ਤੁਸੀਂ ਜਿਹੜੇ ਔਫਰ ਦੇ ਰਹੇ ਹੋ, ਉਹ ਕਿਹੜੀਆਂ ਗੱਡੀਆਂ 'ਤੇ ਹੈਗੇ ਹੋ? ਇਸ ਤਰ੍ਹਾਂ ਹੈ ਜੀ, ਜਿਵੇਂ ਵੈਗਨਾਰ ਕਾਰ ਆ ਸਾਡੇ ਕੋਲ, ਇਹ ਕਾਰ ਸਾਹਮਣੇ ਡਿਸਪਲੇ ਕੀਤੀ ਹੋਈ ਹੈ, ਵੈਗਨਾਰ 'ਤੇ ਤੁਹਾਨੂੰ 54,000 ਤੱਕ ਦੇ ਬੈਨੀਫਿਟਸ ਹੈਗੇ। ਔਰ ਮੈਂ ਤਾਂ ਇਹ ਕਹਾਂਗਾ ਕਿ ਦਿਨ 2 ਹੀ ਬਚੇ ਨੇ, ਅਤੇ ਮੌਕੇ ਦਾ ਫਾਇਦਾ ਉਠਾਓ। ਕਾਰਾਂ ਦੇ ਪ੍ਰਾਈਸ ਵਧਣੇ ਹੀ ਵਧਣੇ ਆ, ਜਿਵੇਂ ਕਿ ਡੋਲਰ ਦਾ ਰੇਟ 70 ਤੋਂ 83-84 ਰੁਪਏ ਤੱਕ ਚਲਾ ਗਿਆ, ਅਤੇ ਇਨਪੁੱਟ ਕੋਸਟ ਜਿਹੜੀ ਆ ਉਹ ਕੰਪਨੀ ਨੂੰ ਵੱਧ ਪੇ ਕਰਨੀ ਪੈ ਰਹੀ ਆ। ਕੁਝ ਪਾਰਟਸ ਹਾਲੇ ਵੀ ਸਾਡੇ ਵਿਦੇਸ਼ਾਂ ਤੋਂ ਆਉਂਦੇ ਆ, ਜਪਾਨ ਤੋਂ ਆਉਂਦੇ ਆ, ਕੁਝ ਬਾਹਰੋਂ ਆਉਂਦੇ, ਸੈਮੀ ਕੰਡਕਟਰ ਵਗੈਰਾ, ਅਤੇ ਉਹਦੇ ਕਾਰਨ ਜਿਹੜਾ ਅਗਲੇ ਮਹੀਨੇ ਤੋਂ ਤੁਹਾਨੂੰ ਵਧੇ ਹੋਏ ਰੇਟ ਮਿਲਣੇ ਆ। ਅਤੇ ਕਾਰ ਤਾਂ ਸੇਮ ਹੀ ਹੈ ਜੀ, ਨੈਕਸਟ ਮੰਥ ਵੀ ਸੇਮ ਕਾਰ ਆਉਣੀ ਹੈ, ਅਤੇ ਤੁਸੀਂ ਇਹਦਾ ਫਾਇਦਾ ਉਠਾਓ। ਸਲੈਰੀਓ 'ਤੇ 84,000 ਤੱਕ ਦੇ ਬੈਨੀਫਿਟ, 84,000 ਦਾ ਇਕੱਲੀ ਸਲੈਰੀਓ ਦੇ ਬੈਨੀਫਿਟ। ਸਲੈਰੀਓ ਤੁਸੀਂ ਖਰੀਦੇ ਹੋ, ਹਾਈ ਐਕਸਚੇਂਜ ਬੋਨਸ ਹੈਗਾ, ਹਾਈਐਸਟ ਔਫਰਸ ਹੈਗੀਆਂ ਨੇ, ਟੋਟਲ 84,000 ਤੱਕ ਦੇ ਤੁਸੀਂ ਬੈਨੀਫਿਟ ਉਹਦੇ 'ਤੇ ਲੈ ਸਕਦੇ ਹੋ। K10 ਕਾਰ ਲੈ ਸਕਦੇ ਹੋ ਸਾਡੇ ਕੋਲੋਂ, 54,000 ਤੱਕ ਦਾ ਡਿਸਕਾਊਂਟ ਤੁਹਾਨੂੰ ਉਹਦੇ 'ਤੇ ਮਿਲ ਜਾਏਗਾ। ਐਸਪ੍ਰੈਸੋ 54,000 ਰੁਪਏ, ਡਿਜ਼ਾਇਰ 'ਤੇ 20,000 ਰੁਪਏ। ਡਿਜ਼ਾਇਰ ਵਰਗੀ ਗੱਡੀ ਜੇ ਤੁਸੀਂ ਰੁਪਈਆ ਨਹੀਂ ਛੱਡਦੇ, ਉਹ 'ਤੇ ਵੀ 20,000 ਦਾ ਡਿਸਕਾਊਂਟ, ਉਹਦੇ 20,000 ਤੱਕ ਦੇ ਤੁਹਾਨੂੰ ਬੈਨੀਫਿਟਸ ਮਿਲ ਜਾਣੇ ਆ। ਇੰਡੀਆਜ਼ ਨੰਬਰ 1 ਸਡਾਨ ਕਾਰ ਹੈਗੀ ਹੈ, ਅਗਰ ਤੁਸੀਂ ਸਡਾਨ ਦੀ ਸੇਲ ਦੇਖਦੇ ਹੋ ਤਾਂ ਨੰਬਰ 1 ਸਡਾਨ ਦੀ ਇਹਦੀ ਸੇਲ ਹੈਗੀ ਹੈ। ਮਰੂਤੀ ਬ੍ਰਾਂਡ ਨੰਬਰ 1, ਉਹਦਾ ਪ੍ਰੋਡਕਟ ਜਿਹੜਾ ਡਿਜ਼ਾਇਰ ਉਹ ਸਡਾਨ ਦੇ ਵਿੱਚ ਨੰਬਰ 1। ਬਿਲਕੁਲ, ਅਗਰ ਆਪਾਂ ਸੈਗਮੈਂਟ ਵਾਈਜ਼ ਗੱਲ ਕਰੀਏ ਨਾ ਸਡਾਨ ਦੇ ਵਿੱਚ, ਉਹਦੇ ਵਿੱਚ ਡਿਜ਼ਾਇਰ ਨੰਬਰ 1 ਸੈਲਿੰਗ ਹੈਗੀ ਹੈ, ਉਹਦੇ ਵਿੱਚ ਤੁਹਾਨੂੰ 20,000 ਤੱਕ ਦੇ ਬੈਨੀਫਿਟਸ ਮਿਲ ਜਾਣੇ ਆ। ਸਵਿਫਟ ਕਾਰ ਦੇ ਵਿੱਚ 49,000 ਤੱਕ ਦੇ ਤੁਹਾਡੇ ਬੈਨੀਫਿਟਸ ਹੈਗੇ ਆ, ਸਵਿਫਟ 'ਤੇ ਵੀ 49,000। ਹਾਂਜੀ, ਮੈਂ ਤਾਂ ਤੁਹਾਨੂੰ ਇਹ ਕਹਾਂਗਾ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸਵਾਨੀ ਮੋਟਰ ਦੇ ਸ਼ੋਰੂਮ, ਆਓ ਔਰ ਆ ਕੇ ਦੇਖੋ, 2 ਹੀ ਦਿਨ ਬਚੇ ਨੇ, ਤੁਸੀਂ ਸਾਨੂੰ ਮਿਲੋ, ਸਾਡੀ ਟੀਮ ਪ੍ਰੋਪਰ ਕਸਟਮਰ ਦਾ ਇੰਤਜ਼ਾਰ ਕਰਦੀ ਪਈ ਹੈ। ਇਹ ਤੁਸੀਂ ਸ਼ੋਰੂਮ 'ਚ ਦੇਖ ਸਕਦੇ, ਸਾਰੇ ਪਾਸੇ ਕਸਟਮਰ ਡਿਲੀਵਰੀ ਲੈਣ ਦੇ ਲਈ ਖੜ੍ਹੇ ਆ। ਅੱਜ 10 ਤੋਂ 15 ਕਾਰਾਂ ਡਿਲੀਵਰ ਹੁੰਦੀਆਂ ਪਈਆਂ ਨੇ, ਕਸਟਮਰ ਬਹੁਤ ਉਤਾਵਲੇ, ਜਿਨ੍ਹਾਂ ਨੂੰ ਵੀ ਪਤਾ ਲੱਗਦਾ ਪਿਆ ਸਾਰੇ ਡਿਲੀਵਰੀ ਲੈਣ ਦੇ ਲਈ ਇੱਥੇ ਖੜ੍ਹੇ ਨੇ ਸਾਡੇ ਕੋਲ। ਕਸਟਮਰ ਦੀ ਡਿਲੀਵਰੀ ਰਸ਼ ਦੇ ਕੇ ਹੀ ਤੁਹਾਡੇ ਕੋਲ ਆਇਆ। ਤਾਂ ਦੂਸਰਾ ਗੱਲ ਕਰੀਏ, ਇੱਥੇ ਇੰਨੀ ਜ਼ਿਆਦਾ ਹੈਵੀ ਡਿਸਕਾਊਂਟ ਜਿਹੜਾ ਤੁਸੀਂ ਦੇ ਰਹੇ ਹੋ, ਇਹ ਡਿਸਕਾਊਂਟ ਸਿਰਫ 31 ਦਸੰਬਰ ਤੱਕ ਹੀ ਹੈ? ਬਿਲਕੁਲ ਜੀ, ਇਹ 31 ਦਸੰਬਰ ਤੱਕ ਜਿਹੜਾ ਵੀ ਕਸਟਮਰ ਸਾਡੇ ਕੋਲੋਂ ਡਿਲੀਵਰੀ ਲੈ ਲਏਗਾ ਕਾਰ ਦੀ, ਉਹਨੂੰ ਇਹ ਡਿਸਕਾਊਂਟਸ ਮਿਲਣਗੇ। ਬਾਕੀ ਕਸਟਮਰ ਸਾਨੂੰ ਆ ਕੇ ਮਿਲਣ, ਕਈ ਵਾਰੀ ਕੀ ਹੁੰਦਾ ਕਸਟਮਰ ਕੋਲ ਕੁਝ ਪੇਮੈਂਟ ਦਾ, ਕੁਝ ਫਾਈਨਾਂਸ ਦਾ ਨਹੀਂ ਹੋ ਪਾਉਂਦਾ, ਉਹ ਵੀ ਸਾਡੇ ਕੋਲ ਫਾਈਨਾਂਸ ਅਵੇਲੇਬਲ ਹੈ, ਸਾਡੇ ਕੋਲ ਇਨ ਹਾਊਸ ਫਾਈਨਾਂਸ ਹੈ, ਇੰਸ਼ੋਰੈਂਸ ਹੈ, ਸਾਰਾ ਕੁਝ ਤੁਹਾਨੂੰ ਵਨ ਸਟੋਪ ਸ਼ੋਪ 'ਤੇ ਹੀ ਹੋ ਜਾਣਾ। ਡਾਕੂਮੈਂਟਸ ਲੈ ਕੇ ਸ਼ੋਰੂਮ ਆਉਣਾ ਅਤੇ ਸ਼ੋਰੂਮ ਤੋਂ ਗੱਡੀ ਲੈ ਕੇ ਘਰ ਚਲੇ ਜਾਣਾ, ਕਿਸੇ ਬੈਂਕ 'ਚ ਜਾ ਕੇ ਖੱਜਲ ਖਰਾਬ ਹੋਣ ਦੀ ਕੋਈ ਜ਼ਰੂਰਤ ਨਹੀਂ। ਇੱਕ ਕਸਟਮਰ ਆ ਜਾਂਦਾ, ਉਹਦਾ ਕਿੰਨੀ ਕੁ ਦੇਰ ਦਾ ਪ੍ਰੋਸੈਸ ਹੁੰਦਾ ਫਾਈਨਾਂਸ ਕਰਕੇ ਤੁਸੀਂ ਗੱਡੀ ਦੇ ਦਿੰਦੇ ਹੋ? ਦੇਖੋ ਜੀ, ਉਹ ਸਾਡੇ ਨਾਲ ਕੰਸਲਟ ਕਰਕੇ ਆਵੇ, ਪਹਿਲਾਂ ਤਾਂ ਕਾਲ 'ਤੇ ਗੱਲ ਕਰ ਲਵੇ ਸਾਡੇ ਨਾਲ, ਅਤੇ ਅਸੀਂ ਉਹਨਾਂ ਨੂੰ ਦੱਸ ਦਿਆਂਗੇ ਜੀ ਸਾਨੂੰ ਇਹ ਡਾਕੂਮੈਂਟਸ ਚਾਹੀਦੇ ਨੇ, ਉਹ ਡਾਕੂਮੈਂਟਸ ਅਗਰ ਉਹ ਪੂਰੇ ਲੈ ਕੇ ਆਉਂਦੇ ਆ, ਸੇਮ ਡੇ ਕਾਰ ਮਿਲ ਜਾਂਦੀ ਹੈ ਉਹਨਾਂ ਨੂੰ। ਯਾਨੀ ਕਿ ਇੱਕੋ ਦਿਨ 'ਚ ਤੁਸੀਂ ਫਾਈਨਾਂਸ ਵੀ ਕਰਾ ਦੋਗੇ ਅਤੇ ਗੱਡੀ ਵੀ ਡਿਲੀਵਰ ਕਰ ਦੋ? ਬਿਲਕੁਲ ਜੀ, ਬਿਲਕੁਲ ਹੋ ਜਾਏਗਾ ਜੀ, ਔਰ ਇਹ ਬੈਨੀਫਿਟਸ ਵੀ ਉਹਨਾਂ ਨੂੰ ਮਿਲ ਜਾਣਗੇ। ਯਾਨੀ ਕਿ ਤੁਸੀਂ ਨਵੇਂ ਸਾਲ 'ਤੇ ਨਵੀਂ ਗੱਡੀ 'ਤੇ ਝੂਟੇ ਲੈ ਸਕਦੇ ਹੋ, ਨਵੀਂ ਗੱਡੀ ਚਲਾ ਸਕਦੇ ਹੋ। ਜੇ ਤੁਸੀਂ ਜਵਾਨੀ ਮੋਟਰ ਅੱਜ ਹੀ ਆ ਜਾਓ ਆਪਣੇ ਡਾਕੂਮੈਂਟ ਲੈ ਕੇ, ਤਾਂ ਤੁਹਾਨੂੰ ਇੱਥੇ ਹੀ ਫਾਈਨਾਂਸ ਵੀ ਹੋ ਜਾਏਗੀ, ਤੁਹਾਨੂੰ ਗੱਡੀ ਵੀ ਮਿਲ ਜਾਏਗੀ, ਅਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਸੇਵਿੰਗ ਜਿਹੜੀ ਆ ਅਪ ਟੂ 84,000 ਤੱਕ ਦੀ ਸੇਵਿੰਗ ਜਿਹੜੀ ਆ ਉਹ ਦੱਸੀ ਜਾ ਰਹੀ ਹੈ। ਵੱਖਰੀ ਵੱਖਰੇ ਮਾਡਲ 'ਤੇ ਵੱਖਰੀ ਵੱਖਰੀ ਸੇਵਿੰਗ ਹੈਗੀ ਆ, ਉਹ ਸੇਵਿੰਗ ਵੀ ਬੈਨੀਫਿਟ ਵੀ ਮਿਲ ਜਾਏਗੀ। ਅਤੇ ਇਸ ਤਰ੍ਹਾਂ ਦੇ ਬੈਨੀਫਿਟ ਅਵੇਲ ਕਰਨਾ ਤਾਂ ਤੁਸੀਂ ਹੁਣੇ ਸਵਾਨੀ ਮੋਟਰ 'ਤੇ ਆ ਜਾਓ ਜਾਂ ਨੀਚੇ ਦਿੱਤੇ ਗਏ ਨੰਬਰ 'ਤੇ ਕਾਲ ਕਰ ਲਓ, ਤੁਹਾਨੂੰ ਬੈਨੀਫਿਟ ਵੀ ਦੱਸ ਦਿੱਤੇ ਜਾਣਗੇ, ਅਤੇ ਜਲਦੀ ਜਲਦੀ ਇਹ ਜਿਹੜਾ ਮੌਕਾ ਜਾਣ ਨਾ ਦਿਓ, ਕਿਉਂਕਿ ਰਹਿ ਗਏ 3 ਦਿਨ ਰਹਿ ਗਏ ਆ, ਅਤੇ 3 ਦਿਨਾਂ ਦੇ ਵਿੱਚ ਜਿਹੜੇ ਜਿਹੜੇ ਬੈਨੀਫਿਟ ਤੁਸੀਂ ਲੈ ਸਕਦੇ ਹੋ, ਅਤੇ ਇਸ ਗੱਡੀ ਦੇ ਨਾਲ ਇੱਥੇ ਹਰ ਮਾਡਲ ਦੇ ਉੱਤੇ ਕੋਈ ਨਾ ਕੋਈ ਤੁਹਾਨੂੰ ਬੈਨੀਫਿਟ ਦਿੱਤਾ ਜਾ ਰਿਹਾ, ਅਤੇ ਮਾਡਲ ਦੇ ਉੱਤੇ ਤੁਸੀਂ ਬੈਨੀਫਿਟ ਲੈ ਕੇ ਆਪਣਾ ਨਵਾਂ ਸਾਲ ਨਵੀਂ ਗੱਡੀ ਦੇ ਨਾਲ ਮਨਾਓ।